ਮੋਗਾ ਦੇ ਵਿੱਚ ਚੋਰਾਂ ਨੇ ਇੱਕ ਮੰਦਿਰ ਨੂੰ ਨਿਸ਼ਾਨਾ ਬਣਾਇਆ ਸੀ। ਚੋਰ ਇੱਥੋਂ ਮਾਤਾ ਰਾਣੀ ਦਾ ਹਾਰ ਅਤੇ ਹੋਰ ਕੈਸ਼ ਲੈ ਕੇ ਫਰਾਰ ਹੋ ਗਏ ਸਨ। ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਸੀ। ਜਾਂਦੇ ਹੋਏ ਚੋਰ DVR ਵੀ ਨਾਲ ਲੈ ਗਏ ਸੀ। ਤਾਂ ਹੁਣ ਪੁਲਿਸ ਨੇ ਕੁਝ ਘੰਟਿਆਂ ਦੇ ਵਿੱਚ ਹੀ ਇਹਨਾਂ ਚੋਰਾਂ ਨੂੰ ਕਾਬੂ ਕਰ ਲਿਆ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋ ਚੋਰਾਂ ਨੂੰ ਹਿਰਾਸਤ ਵਿੱਚ ਲਿਆ। ਪੁਲਿਸ ਨੇ ਇਹਨਾਂ ਦੇ ਕੋਲੋਂ 5000 ਰੁਪਏ ਬਰਾਮਦ ਕੀਤੇ ਨੇ। ਉੱਥੇ ਇਸ ਮਾਮਲੇ ਦੇ ਵਿੱਚ DSP ਨੇ ਦੱਸਿਆ ਕਿ ਮੰਦਿਰ ਦੇ ਵਿੱਚ ਚੋਰੀ ਕਰਨ ਵਾਲੇ 3 ਆਰੋਪੀ ਸੀ, ਜਿਨ੍ਹਾਂ ਦੇ ਵਿੱਚੋਂ 2 ਨੂੰ ਕਾਬੂ ਕੀਤਾ ਗਿਆ। ਸਾਨੂੰ ਹੁਣੇ ਹੁਣੇ ਇਨਫੋਰਮੇਸ਼ਨ ਮਿਲੀ ਸੀ ਵੀ ਸੁਬਹਾ ਰਾਤੀ 2-2:30 ਵਜੇ ਦੇ ਕਰੀਬ ਕੋਈ ਨਾਮਲੂ ਵਿਅਕਤੀ ਮਾਤਾ ਦੇ ਕਾਲੀ ਮਾਤਾ ਜੀ ਦੇ ਮੰਦਿਰ 'ਚੋਂ ਚੋਰੀ ਕਰਕੇ ਲੈ ਗਿਆ ਜੀ, 1 DVR ਅਤੇ ਗੱਲਾ ਭੰਨਿਆ ਜੀ। DVR ਵੀ ਲੈ ਗਿਆ ਜੀ? ਹਾਂਜੀ। ਪਤਾ ਲੱਗ ਰਿਹਾ ਜੀ ਕੌਣ ਬੰਦਾ, ਕਿੰਨੇ ਜਣੇ ਆਏ ਸੀ? ਮੈਂ ਬੰਦਾ ਲਾ ਲਿਆ, ਤਫਤੀਸ਼ ਚਾਲੂ ਕਰਤੀ ਹੈ ਜੀ, ਮੁਕੱਦਮਾ ਦਰਜ ਕਰਕੇ ਅਤੇ ਬੰਦਾ ਟਰੇਸ ਕਰੀ ਲਵਾਂਗੇ। ਗੋਲਕ ਤੋੜ ਕੇ ਲੈ ਕੇ ਗਿਆ ਜੀ ਪੈਸੇ? ਹਾਂਜੀ, ਗੋਲਕ ਤੋੜ ਕੇ। ਕੋਈ ਅੰਦਾਜ਼ਾ ਲੱਗਿਆ ਕਿੰਨੇ ਕੁ ਪੈਸੇ ਲੈ ਕੇ? ਇਹਨਾਂ ਦੀ ਜੀ 1 ਹਫ਼ਤੇ ਦੀ ਸੀਗੀ ਜਿਹੜੀ ਸੇਵਾ ਗੱਲੇ 'ਚ, ਉਹਦਾ ਐਸਟੀਮੇਟ ਲਾਇਆ ਜਾਊਗਾ। ਸਰ ਹੋਰ ਵੀ ਕੋਈ ਲੈ ਕੇ ਗਿਆ ਕੁਛ ਵੀ, ਹਾਰ ਵਗੈਰਾ ਵੀ ਕੋਈ ਦੱਸੇ ਜਾ ਰਹੇ ਉਹਨਾਂ? ਉਹ ਦੱਸਣ ਮੁਤਾਬਕ ਆਇਆ ਜੀ ਭਰਾਂਜੀਆਂ ਦੇ ਵੀ ਮਾਤਾ ਜੀ ਦੇ ਗੱਲ 'ਚ ਜਿਹੜੇ ਆਪਾਂ 10-10 ਦੇ ਨੋਟਾਂ ਦੇ ਹਾਰ ਜਾਂ 20-20 ਰੁਪਏ ਦੇ ਨੋਟਾਂ ਦੇ ਹਾਰ ਹੁੰਦੇ ਉਹ ਸੀਗੇ ਨਾਲ। ਤੁਹਾਡੇ ਵੱਲੋਂ ਕੀ ਕਾਰਵਾਈ ਹੋਈ ਜੀ? ਬਸ ਅਸੀਂ ਤਫਤੀਸ਼ ਆਰੰਭ ਕਰਤੀ ਜੀ, ਇਹਨਾਂ ਨੇ ਸਾਨੂੰ ਜਦੋਂ ਇਨਫੋਰਮੇਸ਼ਨ ਦਿੱਤੀ ਆ ਕੇ ਜੀ। ਜੀ ਫੋਰੈਂਸਿਕ ਟੀਮਾਂ ਵੀ ਬੁਲਾਈਆਂ ਗਈਆਂ? ਹਾਂਜੀ, ਇਹਦੇ ਸੰਬੰਧ ਵਿੱਚ ਫਿੰਗਰ ਪ੍ਰਿੰਟ ਟੀਮ ਅਤੇ ਡੋਗ ਸਕੋਟ ਟੀਮ ਸਾਡੀ ਆ ਰਹੀ ਹੈ ਅਤੇ ਮੌਕੇ ਦਾ ਜਿਹੜਾ ਵੀ ਹੋਊਗਾ ਲੈ ਕੇ ਫੁਟੇਜ ਉੱਤੇ ਆਸੇ ਪਾਸੇ ਦੇ CTC ਕਲਿੱਪ ਉਹਦਾ ਟਰੇਸ ਕਰ ਲਵਾਂਗੇ। ਹਾਂ ਹਾਂ, ਮੈਂ ਮੁੱਖ ਸੇਵਕ ਹਾਂ ਜੀ ਮੰਦਿਰ ਦਾ। ਮੈਨੂੰ ਸਵੇਰੇ ਪੰਡਿਤ ਦਾ ਟੈਲੀਫੋਨ ਆਇਆ 6:30 ਵਜੇ, ਕਹਿੰਦੇ ਆਹ ਵਾਰਦਾਤ ਹੋ ਗਈ ਆ। ਅਤੇ ਫਿਰ ਅਸੀਂ ਆਏ, ਵੇਖਿਆ ਆ ਕੇ ਅਤੇ ਗੱਲੇ ਦੋਨੇ ਭੰਨੇ ਸੀ, ਮਹਾਮਾਈ ਦਾ ਵੀ, ਕਾਲੀ ਮਾਤਾ ਮੰਦਿਰ ਵੀ, ਭੈਰੋ ਬਾਬੇ ਦਾ ਵੀ। ਅਤੇ ਕੈਮਰੇ ਪੁੱਠੇ ਕੀਤੇ ਪਏ ਸੀ ਅਤੇ DVR ਵੀ ਲੈ ਗਏ। ਮਾਤਾ ਦੇ ਹਾਰ ਪਾਏ ਸੀ ਸਾਈਡ 'ਤੇ 10-10, 20-20 ਨੋਟਾਂ ਦੇ, 5-7 ਹਜ਼ਾਰ ਰੁਪਈਏ ਦੇ ਹੋ ਸਕਦੇ ਆ। ਬਾਕੀ 1 ਹਫ਼ਤੇ 10 ਦਿਨਾਂ ਦੀ ਸੇਵਾ ਸੀ ਗੱਲਿਆਂ ਦੇ ਵਿੱਚ। ਅਤੇ SHO ਸਾਹਿਬ ਆਏ ਸੀ, ਉਹ ਕਰ ਗਏ ਇਨਕੁਆਇਰੀ ਕਰ ਗਏ। ਇਹਨਾਂ ਦੀ ਫੋਰੈਂਸਿਕ ਟੀਮ ਵੀ ਆਈ ਸੀ, ਉਹ ਵੀ ਫਿੰਗਰ ਪ੍ਰਿੰਟ ਵਗੈਰਾ ਲੈ ਗਏ ਆ, ਤੋੜ ਕੇ DVR ਲੈ ਗਏ। ਸਰ ਮੰਦਰ ਸਾਰੇ ਪਾਸੇ ਬੰਦ ਆ, ਫਿਰ ਵੀ ਚੋਰੀ ਹੋਈ ਹੈ, ਕੀ ਸਮਝਦੇ? ਇਹ ਜੀ ਮਗਰ ਦੀ ਆ ਕੇ ਉੱਪਰ ਪੌੜੀਆਂ ਦਾ ਗੇਟ ਬੰਨਿਆ, ਪੌੜੀਆਂ ਦਾ ਗੇਟ ਭੰਨ ਕੇ ਥੱਲੇ ਉਤਰੇ ਆ। ਉੱਥੇ ਸਾਡੇ ਪੰਡਿਤ ਜੀ ਉਹਨਾਂ ਦੀ ਮਿਸਿਜ ਉੱਥੇ ਸੌਂਦੇ ਆ, ਉੱਤੇ ਰੈਸ਼ ਹੈਗੀ ਆ ਅਤੇ ਇਹਨਾਂ ਨੂੰ ਨਹੀਂ ਕੋਈ ਪਤਾ ਲੱਗਿਆ। ਧੁੰਦ ਬਹੁਤ ਹੁੰਦੀ ਆ, ਠੰਡ ਹੈਗੀ ਬਹੁਤ। ਚੋਰੀ ਰਾਤ ਨੂੰ ਹੋਈ ਆ ਜੀ, ਰਾਤ ਨੂੰ ਇਹ ਲੋਕ ਉੱਥੋਂ ਬੰਦ ਟੱਪ ਕੇ ਆਏ ਆ, ਉੱਪਰ ਉਹ ਪੌੜੀ ਉਹ ਥੱਲੇ ਆਏ, ਪੈਸੇ ਦਾ ਨੁਕਸਾਨ ਔਰ ਹਾਰ ਹੂਰ ਗੱਲੇ ਦੋਨੋਂ ਬੰਨ ਗਏ, ਦੋਨੋਂ ਤੋੜ ਕੇ ਉਹਦੇ ਬਾਅਦ ਆਪਣਾ ਇਹ ਗੇਟ ਮੈਨ ਗੇਟ ਖੋਲ੍ਹ ਕੇ ਬਾਹਰ ਨੂੰ ਚਲੇ ਗਏ। ਮੰਦਿਰ ਵਿੱਚ CCTV ਵੀ ਲਗਾ ਹੋਇਆ? ਹਾਂ, ਮੰਦਿਰ ਵਿੱਚ CCTV ਲਗਾ, DVR ਲੈ ਗਏ, ਸਾਰੇ ਕੈਮਰੇ ਤੋੜ ਗਏ। ਤਾਂ ਪਤਾ ਚੱਲਿਆ ਕਿੰਨੇ ਲੋਕ ਆਏ ਤੇ? ਅਭੀ ਤੱਕ ਤਾਂ ਪਤਾ ਨਹੀਂ ਚੱਲਿਆ ਜੀ। ਤੁਹਾਨੂੰ ਕੋਈ ਪਤਾ ਲੱਗਾ ਚੋਰੀ ਹੋ ਗਈ? ਚੋਰੀ ਜਦ ਮੈਂ ਸਵੇਰੇ ਆਪਣਾ ਪੂਜਾ ਪਾਠ ਵਾਸਤੇ ਆਉਣ ਲੱਗਿਆ ਤਾਂ ਮੈਨੂੰ ਪਤਾ ਲੱਗਿਆ ਜੀ। ਤਾਂ ਮੰਦਿਰ ਮੈਂ ਕੋਈ ਨਹੀਂ ਹੁੰਦਾ ਰਾਤ ਕੋ? ਨਾ, ਮੈਂ ਹੁੰਦਾ ਹਾਂ ਜੀ, ਉੱਪਰ ਚੁਬਾਰੇ ਕਾਪਰੇ 'ਚੋਂ ਹੁੰਦਾ ਹਾਂ। ਤਾਂ ਪਤਾ ਨਹੀਂ ਚੱਲਿਆ ਆਪ ਕੋ? ਨਹੀਂ, ਰਾਤ ਨੂੰ ਕੋਈ ਪਤਾ ਨਹੀਂ ਲੱਗਿਆ। 11 ਵਜੇ ਬਾਅਦ ਪਤਾ ਚੱਲਿਆ ਕਿੰਨੇ ਲੋਕ ਆਏ ਤੇ? ਨਹੀਂ, ਇਹ ਕੋਈ ਪਤਾ ਨਹੀਂ ਲੱਗਾ। ਕਿੰਨੇ ਪੈਸੇ ਲੈ ਗਏ? ਪੈਸੇ 40-50 ਹਜ਼ਾਰ ਦਾ ਨੁਕਸਾਨ ਹੈ ਜੀ। ਗੱਲੇ ਹੀ ਲੈ ਗਏ? ਹਾਂਜੀ ਹਾਂਜੀ।